ਤੇ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਬਾਈ ਅਹਿਮਦ ਦਾ ਔਰ ਰਾਬੀਆ ਸਿਸਟਰ ਦਾ, ਕਿਉਂਕਿ ਉਹ ਵੀ ਜਿਹੜਾ ਇੰਨਾ ਸਫ਼ਰ ਕਰ, ਕਿਉਂਕਿ ਉਹਨਾਂ ਦੇ ਬਾਈ ਵਾਸਤੇ ਵੀ ਜਿਹੜਾ ਤੁਸੀਂ ਢੇਰ ਸਾਰੇ ਜਿਹੜਾ ਰਾਬੀਆ ਸਿਸਟਰ ਦੇ ਬਾਈ ਦੀ ਵੀ ਤਬੀਅਤ ਜਿਹੜਾ ਠੀਕ ਨਹੀਂ ਆ, ਉਹ ਵੀ ਹੋਸਪਿਟਲ ਜਿਹੜਾ ਦਾਖਿਲਾ, ਅੱਲਾ ਪਾਕ ਉਹਨਾਂ ਨੂੰ ਜਿਹੜਾ ਸਿਹਤ ਦੇਵੇ, ਤੰਦਰੁਸਤੀ ਦੇਵੇ, ਲੰਬੀ ਜ਼ਿੰਦਗੀ ਦੇਵੇ। ਫਿਰ ਉਹ ਇੱਥੋਂ ਜਿਹੜਾ ਇੱਥੇ ਜਿਹੜਾ ਮੈਨੂੰ ਮਿਲਣ ਵਾਸਤੇ ਜਿਹੜਾ ਆਏ, ਮੇਰੀ ਤਬੀਅਤ ਦਾ ਜਿਹੜਾ ਪੁੱਛਣ ਵਾਸਤੇ ਆਏ, ਬਹੁਤ ਬਹੁਤ ਸ਼ੁਕਰੀਆ। ਬਾਈ ਅਹਿਮਦ ਦਾ ਵੀ, ਰਾਬੀਆ ਸਿਸਟਰ ਦਾ ਵੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਮੇਰੇ ਦਿਲ ਨੂੰ ਬੜੀ ਖੁਸ਼ੀ ਹੋਈ ਆ ਕਿ ਵੱਡੇ ਬਾਈ ਤਰ੍ਹਾਂ ਕਿ ਮੇਰੀ ਤਬੀਅਤ ਦਾ ਜਿਹੜਾ ਪੁੱਛਣ ਵਾਸਤੇ ਜਿਹੜਾ ਉਹ ਆਏ ਨੇ। ਬਹੁਤ ਬਹੁਤ ਸ਼ੁਕਰੀਆ ਅਹਿਮਦ ਬਾਈ, ਤੁਸੀਂ ਜਿਹੜਾ ਮੇਰੀ ਤਬੀਅਤ ਦਾ ਜਿਹੜਾ ਪੁੱਛਣ ਆਏ। ਹਾਂਜੀ, ਤੇ ਪਰੇਸ਼ਾਨੀ ਅਚਾਨਕ ਜਿਹੜੀ ਨੇ ਸਾਨੂੰ ਕਾਫੀ ਸਾਰੀ ਬਣ ਗਈ। ਬਾਈ ਅਹਿਮਦ ਅਲੀ ਨੂੰ ਬੁਖਾਰ ਹੋ ਗਿਆ, ਯਕਦਮ ਤੇ ਬਹੁਤ ਜ਼ਿਆਦਾ ਹੋਇਆ, ਬੇਹੋਸ਼ ਹੋ ਗਿਆ ਸੀ ਇਧਰ ਬਾਹਰ ਨਿਕਲਿਆ ਮੈਂ, ਥੋੜੀ ਬਹੁਤੀ ਜਿਹੜੀ ਨਾ ਵਾਕ ਕਰ ਲਈਏ। ਬਾਕੀ ਬਾਈ ਅਹਿਮਦ ਲਈ ਉਰੇ ਵੀ ਆ ਗਏ ਨੇ, ਔਰ ਬੇਗਮ ਵੀ ਜਿਹੜੇ ਨਾ ਸਿਸਟਰ ਵਾਸਤੇ ਜਿਹੜੇ ਨਾ ਰੋਟੀ ਸਾਲਾਂ ਦਾ ਜਿਹੜੇ ਨਾ ਇੰਤਜ਼ਾਮ ਕਰ ਰਹੀ ਹੈ। ਆ ਚਲ ਬੋਟੀ ਇੱਕ ਦੋ ਵਿਖਾ ਲਵਾਂਗਾ, ਲੇਕਿਨ ਇਹਦੇ ਤੁਸੀਂ ਜਿਹੜੇ ਨਾ ਟਮਾਟਰ ਪਾਏ ਨੇ ਤੇ ਟਮਾਟਰ ਕੋਈ ਨਹੀਂ ਪਾਏ ਨੇ। ਮੈਂ ਨਿਕਲਿਆ ਉਹ ਬੈਡ ਤੇ ਲੰਮਾ ਪੈ ਕੇ ਨਾ, ਤੇ ਕਾਫੀ ਸਾਰਾ ਜਿਹੜਾ ਨਾ ਉਰਮੇ ਜਗ੍ਹਾ ਖਤ ਸੀ, ਇਸ ਕਰਕੇ ਮੈਂ ਥੋੜਾ ਜਿਹਾ ਜਿਹੜਾ ਚੱਲ ਫਿਰ ਲਵਾਂ। ਚਲੋ ਤੁਸੀਂ ਹੁਣ ਜਾ, ਹੁਣ ਅੰਦਰ ਖਰਾਬ ਹੋ ਗਈ। ਔਰ ਸ਼ਾਮ ਨੂੰ ਸਮਝ ਲਓ ਕਿ ਜਿਸ ਦਿਨ ਦੀ ਤਬੀਅਤ ਖਰਾਬ ਹੋਈ ਨਾ, ਸ਼ਾਮ ਨੂੰ ਕੁਝ ਜ਼ਿਆਦਾ ਹੀ ਜਿਹੜਾ ਹਾਈ ਲੈਵਲ ਦੀ ਖਰਾਬ ਹੋ ਗਈ ਸੀ ਤਬੀਅਤ। ਲੇਕਿਨ ਹੁਣ ਇਹ ਕਿ ਉਸ ਰਾਤ ਬਿਮਾਰ ਹੋਣ ਦਾ ਕਮਜ਼ੋਰੀ ਵਗੈਰਾ ਜਿਹੜੀ ਨਾ ਬਹੁਤ ਜ਼ਿਆਦਾ ਮਹਿਸੂਸ, ਚੱਲਣ ਫਿਰਨ ਥਕਾਵਟ ਵਗੈਰਾ ਇੰਝ ਮਹਿਸੂਸ ਹੋ ਰਹੀ ਆ ਨਾ, ਕਿ ਚੱਲਿਆ ਫਿਰਨ ਜਾਂਦਾ ਕਾਫੀ ਸਾਰੇ ਜਿਹੜੇ ਨਾ ਮਤਲਬ ਕਿ ਜਿਹੜੇ ਨਾ ਇੱਕ ਤਾਂ ਪੂਰੇ ਜਿਸਮ ਵਿੱਚ ਜਿਹੜੇ ਨਾ ਦਰਦਾਂ ਹੋ ਰਹੀਆਂ ਨੇ, ਸਿਰ ਦਰਦ ਕਰ ਰਿਹਾ। ਫਿਲਹਾਲ ਇਸ ਟਾਈਮ ਜਿਹੜੇ ਨਾ ਹੁਣ ਗੁਰਦਿਆਂ ਦੀ ਦਰਦ ਵਗੈਰਾ ਤੇ ਜਿਹੜੇ ਨਾ ਕੋਈ ਨਹੀਂ ਆ। ਤੇ ਔਰ ਮੇਰੇ ਇੱਕ ਬਾਈ ਨੇ ਕੈਨੇਡਾ ਤੋਂ, ਬਹੁਤ ਪਿਆਰੇ ਬਾਈ ਨੇ, ਉਹ ਵੀ ਵਲੋਗਿੰਗ ਜਿਹੀ ਨਾ ਕਰਦੇ ਨੇ, ਬਹੁਤ ਸ਼ੌਂਕ ਆ ਉਹਨਾਂ ਨੂੰ, ਗਿਫਟ ਵਗੈਰਾ ਜਿਹੀ ਨਾ ਉਹ ਵੀ ਕਰਦੇ ਨੇ। ਮੈਂ ਉਹਨਾਂ ਦੇ ਚੈਨਲ ਦਾ ਨਾਮ ਜਿਹੜਾ ਤੁਹਾਨੂੰ ਉਹ ਵੀ ਜਿਹੜਾ ਦੱਸ ਦੇਣਾ, ਤੁਸੀਂ ਲਾਜ਼ਮਨ ਜਾ ਕੇ ਜਿਹੜਾ ਵਿਜ਼ਿਟ ਕਰਨਾ, ਲਾਈਕ ਕਰਨਾ, ਸਬਸਕ੍ਰਾਈਬ ਕਰਨਾ, ਸ਼ੇਅਰ ਕਰਨਾ। ਮਿਸਟਰ ਡੀ ਸੈਂਟ ਇਮਰਾਨ, ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਅਲੈਕੁਮ। ਦੁਆ ਕਰਨਾ ਮੈਂ ਤਮਾਮ ਬਹਿਣ ਵੀਰਾਂ ਜਿੱਥੇ ਰਹੇ ਖੁਸ਼ ਰਹਿਣ, ਬਾਦ ਰਹੇ ਹਮੇਸ਼ਾ, ਹੱਸਦੇ ਮੁਸਕਰਾਉਂਦੇ ਰਹਿਣ। ਔਰ ਬੇਗਮ ਜਿਹੜਾ ਦੋ ਰਹੀ ਆ ਬਰਤਨ ਚਾਏ ਵਾਲੇ, ਦੁਪਹਿਰ ਟਾਈਮ ਜਿਹੜੀ ਚਾਏ ਨੀ, ਸੋਰੀ ਬੋਲੀ ਜਿਹੜੀ ਨਾ ਸੀ ਇਹ ਬਣਾਈ ਸੀ। ਹਲੀਮਾ ਸਾਦੀਆ ਕੋਲ ਬੈਠੀ ਹੋਈ ਆ, ਪਾਈਆ ਬਣਾ ਲੋ, ਪਾਈਆ ਸਵੇਰੇ ਬਣਾ ਲਈ, ਕੁਛ ਹੁਣ ਜਿਹੜਾ ਬਣਾ ਲਿਆ, ਕੁਛ ਸੁਬਹ ਜਿਹੜਾ ਬਣਾ ਲਿਆ, ਠੀਕ ਹੋ ਗਿਆ। ਦੋ ਦਿਨ ਪਹਿਲਾਂ ਸੁਬਹ, ਅੱਛਾ ਮੇਰਾ ਦਿਲ ਬੜਾ ਕਰ ਰਿਹਾ ਫਸਲਾਂ ਜਾਣ ਨੂੰ, ਲੇਕਿਨ ਜਿਹੜਾ ਦਰਵਾਜ਼ਾ ਜਿਹੜਾ ਥੱਲੇ ਡੂੰਘਾ ਕਾਫੀ ਸਾਰਾ, ਇਸ ਵਜ੍ਹਾ ਤੋਂ ਜਿਹੜਾ ਮੇਰੇ ਕੋਲ ਟੱਪਿਆ ਨਹੀਂ ਜਾਣਾ ਥੱਲੇ, ਉਸ ਵਜ੍ਹਾ ਤੋਂ ਜਿਹੜਾ ਨਹੀਂ ਜਾ ਰਿਹਾ। ਔਰ ਇੱਕ ਹੋਰ ਖੁਸ਼ੀ ਦੀ ਗੱਲ ਆ, ਮੈਂ ਬੜਾ ਖੁਸ਼ ਹੋ ਰਿਹਾ ਸੀ ਕਿ ਫਲੂਟਰਾਂ ਦਾ ਜਿਹੜਾ ਬੂਟਾ ਹੈ ਨਾ, ਬਹੁਤ ਹੀ ਜ਼ਿਆਦਾ ਜਿਹੜਾ ਨਾ ਗਰੋ ਕਰ ਰਿਹਾ, ਮਾਸ਼ਾ ਅੱਲਾ, ਇੰਨਾ ਜ਼ਿਆਦਾ ਜਿਹੜਾ ਨਾ ਗਰੋ ਕਰ ਰਿਹਾ ਨਾ, ਸਾਰੇ ਨਵੇਂ ਪੱਤਰ ਜਿਹੜੇ ਨਾ ਮਾਸ਼ਾ ਅੱਲਾ ਜਿਹੜੇ ਨਾ ਕੱਢ ਰਿਹਾ ਹੁਣ, ਇੱਧਰੋਂ ਹੀ ਜਿਹੜਾ ਸਾਰੇ ਨਵੀਆਂ ਸ਼ਾਖਾ ਜਿਹੜੇ ਨਾ ਥੱਲੋਂ ਜਿਹੜੇ ਨਾ ਇੱਧਰੋਂ ਜਿਹੜੇ ਨਾ ਸਾਰਾ ਫੁੱਟ ਰਿਹਾ, ਬਹੁਤ ਹੀ ਜ਼ਿਆਦਾ ਜਿਹੜਾ ਨਾ ਗਰੋ ਕਰ ਰਿਹਾ।
ਔਰ ਅੱਜ ਪਰੇਸ਼ਾਨੀ ਥੋੜ੍ਹੀ ਬਹੁਤ ਸੀ, ਇਸ ਕਰਕੇ ਅੱਜ ਵਲਾਗ ਜਿਹੜਾ ਸਾ ਮਤਲਬ ਕਿ ਸ਼ਾਮ ਟਾਈਮ ਸ਼ੁਰੂ ਹੋ ਰਿਹਾ, ਤਕਰੀਬਨ ਜਿਹੜਾ ਟਾਈਮ 6 ਦਾ ਹੋਣ ਵਾਲਾ ਹੁਣ ਜਿਹੜਾ ਸ਼ੁਰੂ ਹੋ ਰਿਹਾ, ਕਿਉਂਕਿ ਜਿਸ ਟਾਈਮ ਜਿਹੜਾ ਤਬੀਅਤ ਕਾਫੀ ਸਾਰੀ ਜਿਹੜੀ ਖਰਾਬ ਹੋਈ ਸੀ ਨਾ ਪਹਿਲੇ ਦਿਨ, ਉਸ ਤੋਂ ਦੂਸਰੇ ਦਿਨ ਜਿਹੜਾ ਅੱਗੇ ਫਿਰ ਜਿਹੜਾ ਕਾਫੀ ਮਜ਼ੀਦ ਤਬੀਅਤ ਖਰਾਬ ਹੋਈ, ਫਿਰ ਜਿਹੜਾ ਲਿਆ ਸੀ ਜਿਹੜੇ ਪੈਸੇ ਜਿਹੜੇ ਲਿਆ ਸੀ 50,000 ਰੁਪਇਆ, ਉਹਦਾ ਜਿਹੜਾ ਮਤਲਬ ਕਿ ਬਾਈ ਹੋਰ ਜਿਹੜੇ ਨੇ ਕਿਹਾ ਸੀ ਸਾਨੂੰ ਜ਼ਰੂਰਤ ਸਾਨੂੰ ਜਿਹੜੇ ਹੁਣ ਅਰਜੈਂਟ ਪੈਸੇ ਜਿਹੜੇ ਨੇ ਚਾਹੀਦੇ ਨੇ, ਲੇਕਿਨ ਅਰਜੈਂਟ ਫਿਰ ਮੇਰੇ ਕੋਲ ਜਿਹੜੇ ਆਉਣ ਕੋਈ ਨਹੀਂ, ਵੇਖੋ ਕੀ ਬਣਦਾ ਬਾਈ। ਅਹਿਮਦ ਅਲੀ ਜਿਹੜੇ ਨੇ ਕਿਹਾ ਸੀ ਕਿ ਉੱਧਰ ਕਾਲ ਕਰਿਆ, ਮੈਂ ਵੀ ਕਾਲ ਜਿਹੜੀ ਨੇ ਕੀਤੀ ਆ, ਪਹਿਲੇ ਤਾਂ ਬਾਈ ਹੋਰੀ ਇੱਥੇ ਆਏ ਸੀ, ਮੈਂ ਉਹਨਾਂ ਨੇ ਕਿਹਾ ਸ਼ਾਮ ਤੇ ਤੁਹਾਨੂੰ ਦੱਸਾਂਗੇ, ਇੱਕ ਦੋ ਜਗ੍ਹਾ ਤੋਂ ਹੋਰ ਪੈਸਿਆਂ ਦਾ ਜਿਹੜਾ ਪਤਾ ਕੀਤਾ ਅਰੇਂਜ ਕਰਕੇ, ਮੈਂ ਕਿਹਾ ਉਹਨਾਂ ਬਾਈ ਹੋਰਾਂ ਨੂੰ ਜਿਹੜਾ ਪੈਸੇ ਦੇਈਏ, ਤਾਂ ਕਿ ਮੈਨੂੰ ਜਿਹੜਾ ਹੋਰ ਕੋਈ 2 ਹਫ਼ਤਿਆਂ ਦਾ ਟਾਈਮ ਮਿਲ ਗਿਆ ਨਾ, ਤਾਂ ਫਿਰ ਜਿਹੜਾ ਇੱਧਰੋਂ ਜਿਹੜੇ ਮੈਨੂੰ ਯੂਟਿਊਬ ਵੱਲ ਪੈਸੇ ਜਿਹੜੇ ਆਉਣੇ ਨਾ, ਉਹ ਮਹੀਨੇ ਬਾਅਦ ਇਨਸ਼ਾਅੱਲਾ ਜਿਹੜਾ ਉਹਨਾਂ ਨੂੰ ਦੇ ਦੇਣੇ, ਕਿਉਂਕਿ ਉਹਨਾਂ ਨੇ ਮੇਰੇ 'ਤੇ ਔਖੇ ਵਕਤ ਜਿਹੜਾ ਕਾਫੀ ਆਸਾਨ ਕੀਤਾ, ਉਹਨਾਂ ਨੂੰ ਪੈਸੇ ਜਿਹੜੇ ਦਿੱਤੇ ਨੇ, ਕਿਉਂਕਿ ਕਾਫੀ ਜ਼ਿਆਦਾ ਜਿਹੜਾ ਪੈਸੇ ਜਿਹੜੇ ਨਾਲ ਲੱਗ ਗਿਆ, ਕਮ ਬੇਸ ਜਿਹੜਾ 1,00,000 ਦੇ ਕਰੀਬ ਤੱਕਰ ਜਿਹੜਾ ਚਲਾ ਗਿਆ, ਕਿਉਂਕਿ ਗੱਡੀ ਦਾ ਕਿਰਾਇਆ ਜਿਹੜਾ ਨਾ ਉਹ ਹੀ ਨਹੀਂ ਮਾਨਦਾ, 4-5 ਦਫ਼ਾ ਜਿਹੜਾ ਨਾ ਗੱਡੀ ਲੈ ਕੇ ਗਏ, ਫਿਰ ਜਿਹੜਾ ਪ੍ਰਾਈਵੇਟ ਹਸਪਤਾਲਾਂ ਦਾ ਖਰਚਾ, ਦਵਾਈਆਂ ਦਾ ਖਰਚਾ, ਕਮਰੇ ਦੇ ਰੂਮ ਦਾ ਜਿਹੜਾ ਕਿਰਾਇਆ ਵਗੈਰਾ, ਇਸੇ ਤਰ੍ਹਾਂ ਕਰਕੇ ਕਾਫੀ ਜ਼ਿਆਦਾ ਜਿਹੜਾ ਖਰਚੇ ਵਗੈਰਾ ਘਰੇ ਮਹਿਮਾਨਾਂ ਦੇ ਹੋ ਗਏ, ਇਸ ਕਰਕੇ ਜਿਹੜਾ ਤਕਰੀਬਨ 1,00,000 ਦੇ ਕਰੀਬ ਜਿਹੜਾ ਖਰਚਾ ਹੋ ਗਿਆ ਸੀ, ਅਤੇ ਇਸ ਕਰਕੇ ਜਿਹੜਾ 50,000 ਫਿਰ ਜਿਹੜਾ ਲੈਣਾ ਪਿਆ ਸੀ, ਲੇਕਿਨ ਅੱਲਾਹ ਦਾ ਸ਼ੁਕਰ ਆ ਪੈਸੇ ਜਿਹੜਾ ਫਿਰ ਮੈਂ ਕਮਾ ਲਵਾਂਗਾ, ਅੱਲਾਹ ਪਾਕ ਨੇ ਸਿਹਤ ਦਿੱਤੀ ਆ, ਹੁਣ ਜਿਹੜਾ ਅੱਲਾਹ ਦਾ ਸ਼ੁਕਰ ਆ ਮੈਂ ਠੀਕ ਹਾਂ। ਉਮੀਦ ਆ ਕਿ ਜਿਹੜੇ ਨਾਲ ਗੱਲ ਬਣ ਜਾਵੇਗੀ, ਅਗਰ 2 ਹਫ਼ਤਿਆਂ ਦਾ ਟਾਈਮ ਮਿਲ ਗਿਆ ਬੜਾ ਬੈਸਟ ਹੋ ਜਾਵੇਗਾ, ਨਹੀਂ ਤਾਂ ਇੱਕ ਜਗ੍ਹਾ ਹੋਰ ਪੈਸੇ ਜਿਹੜੇ ਨਾ ਪਤਾ ਕੀਤਾ ਉਹ ਮਿਲ ਗਏ ਨਾ, ਅਤੇ ਇਸ ਵਾਸਤੇ ਜਿਹੜੇ ਉਹ ਪੈਸੇ ਮਿਲ ਗਏ ਤਾਂ ਫਿਰ ਵੀ ਪਰੇਸ਼ਾਨੀ ਜਿਹੜੀ ਨਾ ਕੋਈ ਨਹੀਂ ਬਣਨੀ ਆ ਮਜ਼ੀਦ, ਤਾਂ ਕਿ ਉੱਧਰੋਂ ਪੈਸੇ ਲੈ ਕੇ ਉੱਧਰ ਦੇ ਦੇਵਾਂਗੇ ਅਤੇ ਉਹਨਾਂ ਨੂੰ 2 ਹਫ਼ਤੇ ਬਾਅਦ ਜਿਹੜੇ ਨਾ ਪੈਸੇ ਦੇ ਦੇਵਾਂਗੇ। ਔਰ ਮੇਰੇ ਇੱਕ ਬਾਈ ਨੇ ਕੈਨੇਡਾ ਤੋਂ, ਬਹੁਤ ਪਿਆਰੇ ਬਾਈ ਨੇ, ਉਹ ਵੀ ਵਲੋਗਿੰਗ ਜਿਹੀ ਨਾ ਕਰਦੇ ਨੇ, ਬਹੁਤ ਸ਼ੌਂਕ ਆ ਉਹਨਾਂ ਨੂੰ, ਗਿਫਟ ਵਗੈਰਾ ਜਿਹੀ ਨਾ ਉਹ ਵੀ ਕਰਦੇ ਨੇ, ਮੈਂ ਉਹਨਾਂ ਦੇ ਚੈਨਲ ਦਾ ਨਾਮ ਜਿਹੜਾ ਨਾ ਤੁਹਾਨੂੰ ਉਹ ਵੀ ਜਿਹੜਾ ਦੱਸ ਦੇਣਾ, ਤੁਸੀਂ ਲਾਜ਼ਮਨ ਜਾ ਕੇ ਜਿਹੜਾ ਨਾ ਵਿਜ਼ਿਟ ਕਰਨਾ, ਲਾਈਕ ਕਰਨਾ, ਸਬਸਕ੍ਰਾਈਬ ਕਰਨਾ, ਸ਼ੇਅਰ ਕਰਨਾ। ਮਿਸਟਰ ਡੀ ਸੈਂਟ ਇਮਰਾਨ ਚੈਨਲ ਦਾ ਜਿਹੜਾ ਨਾਮ ਆ, ਮਿਸਟਰ ਡੀ ਸੈਂਟ ਇਮਰਾਨ, ਔਰ ਕਾਫੀ ਅੱਛੀ ਵਲੋਗਿੰਗ ਕਰਦੇ ਨੇ, ਔਰ ਕਾਫੀ ਮੁਖਤਲਿਫ ਜਗ੍ਹਾ 'ਤੇ ਜਿਹੜਾ ਵਿਜ਼ਿਟ, ਪਿਆਰੀਆਂ ਪਿਆਰੀ ਜਗ੍ਹਾ 'ਤੇ ਜਿਹੜਾ ਵਿਜ਼ਿਟ ਕਰਾਉਂਦੇ ਨੇ, ਅਤੇ ਬਹੁਤ ਹੀ ਅੱਛੇ ਜਿਹੜਾ ਵਲਾਗ ਜਿਹੜਾ ਬਣਾਉਂਦੇ ਨੇ, ਅਤੇ ਮੇਰੇ ਬਾਈ ਨੇ, ਵੱਡੇ ਬਾਈ ਨੇ, ਅਤੇ ਤੁਸੀਂ ਜਿਹੜਾ ਲਾਜ਼ਮਨ ਜਿਹੜਾ ਉਹਨਾਂ ਨੂੰ ਲਾਈਕ ਸਬਸਕ੍ਰਾਈਬ, ਜਿਵੇਂ ਕਿ ਸਾਰੇ ਬੈਂਡ ਵੀ ਮੇਰੇ ਨਾਲ ਪਿਆਰ ਮੁਹੱਬਤ ਕਰਦੇ ਨੇ, ਉਵੇਂ ਹੀ ਬਾਈ ਹੋਰਾਂ ਨੇ ਜਿਹੜਾ ਚੈਨਲ ਦਾ ਵਿਜ਼ਿਟ ਕਰਨਾ, ਔਰ ਤੁਸੀਂ ਲਾਜ਼ਮਨ ਜਿਹੜਾ ਦੇਖਣਾ। ਔਰ ਮੈਂ ਆਪਣੇ ਖਾਣ ਵਾਸਤੇ ਮੌਸਮੀ ਜਿਹੜਾ ਮੁੱਲ ਲੈ ਕੇ ਆਇਆ ਦੁਕਾਨ ਤੋਂ ਬਾਈ ਅਹਿਮਦ ਅਲੀ, ਅਤੇ ਸਾਡੇ ਆਪਣੇ ਵੀ ਇਨਸ਼ਾਅੱਲਾ ਜਿਹੜਾ ਹੋਰ 15-20 ਦਿਨਾਂ ਤੀਕਰ ਜਿਹੜਾ ਇਨਸ਼ਾਅੱਲਾ ਜਿਹੜਾ ਪੱਕ ਕੇ ਤਿਆਰ ਹੋ ਜਾਣ, ਹਾਲੇ ਤਾਂ ਕੱਚੇ ਨੇ, ਇਹਨਾਂ 'ਚ ਰਸ ਇੰਨਾ ਜ਼ਿਆਦਾ ਨਹੀਂ ਬਰੀਜਾ, ਇਸ ਕਰਕੇ, ਕਿਉਂਕਿ ਜਿਹੜਾ ਮੌਸਮੀ ਮੈਂ ਲੈ ਕੇ ਆਇਆ ਦੁਕਾਨ ਤੋਂ, ਇਸ ਨੂੰ ਸਹਿਜ 'ਚ ਵੱਡੇ ਨੇ, ਲੇਕਿਨ ਜਿਹੜਾ ਹਰੇ ਹੀ ਨੇ, ਲੇਕਿਨ ਇਹਨਾਂ ਨੂੰ ਫੁੱਲ ਜਿਹੜਾ ਪਕਾ ਕੇ, ਔਰ 10 ਦਾਣੇ ਮਾਸ਼ਾਅੱਲਾ ਜਿਹੜਾ ਖੜੇ ਹੋਏ ਨੇ, ਪੂਰੇ 10 ਦਾਣੇ ਖੜੇ ਨੇ, ਮੈਂ ਗਿਣਾ ਦਿੰਦਾ ਤੁਹਾਨੂੰ, ਮਾਸ਼ਾਅੱਲਾ, ਬਲਕਿ ਨਹੀਂ ਗਿਣਾਉਣੇ ਨਹੀਂ ਨੇ, ਪੂਰੇ 10 ਦਾਣੇ ਜਿਹੜਾ ਖੜੇ ਹੋਏ ਨੇ, ਅਤੇ ਅਗਲੇ ਸਾਲ ਇਨਸ਼ਾਅੱਲਾ ਜਿਹੜਾ ਨਾ ਤਾਂ ਅਸੀਂ ਕੱਲ੍ਹ ਤੋੜ ਕੇ ਖਾ ਲਿਆ ਸੀ, ਅਗਲੇ ਸਾਲ ਇਨਸ਼ਾਅੱਲਾ ਆਉਣ ਵਾਲੇ ਜਦੋਂ ਫਾਲੇ ਲਵਣਗੇ ਨਾ ਸੀਜ਼ਨ 'ਚ, ਇਨਸ਼ਾਅੱਲਾ ਡਬਲ ਤ੍ਰਿਪਲ ਇਸ ਨੂੰ ਫੜ ਲਵੇਗਾ, ਅਨਾਰ ਵੀ, ਇਹ ਵੀ ਅਤੇ ਫਲੂਟਰ ਵੀ। ਔਰ ਕਿਚਨ ਦਾ ਕੰਮ ਜਿਹੜਾ ਮੈਂ ਸੋਚਿਆ ਸੀ, ਜਿਸ ਟਾਈਮ ਵਾਸ਼ਰੂਮ ਜਿਹੜਾ ਮੈਂ ਬਣਾਇਆ ਸੀ ਨਾ, ਵੀ ਅਗਲੇ ਮਹੀਨੇ ਜਿਹੜਾ 1 ਮਹੀਨਾ ਠਹਿਰ ਕੇ ਲੈਣ ਦੇਣ ਕਲੀਅਰ ਕਰਕੇ, ਉਸ ਤੋਂ ਬਾਅਦ ਜਿਹੜਾ ਮੈਂ ਕਿਚਨ ਦਾ ਕੰਮ ਜਿਹੜਾ ਸ਼ੁਰੂ ਕਰਾਂਗਾ, ਸਰਦੀਆਂ ਤੋਂ ਪਹਿਲੇ ਜਿਹੜਾ ਪਲਸਤਰ ਕਰਾਂਗਾ, ਲੇਕਿਨ ਹੁਣ ਫਿਲਹਾਲ ਜਿਹੜਾ 2-3 ਮਹੀਨੇ ਜਿਹੜਾ ਫਿਲਹਾਲ ਕੋਈ ਕੰਮ ਵੀ ਜਿਹੜਾ ਸ਼ੁਰੂ ਕੋਈ ਨਹੀਂ ਹੋਣਾ, ਸਾਰੇ ਜਦੋਂ ਲੈਣ ਦੇਣ ਜਿਹੜਾ, ਕਿਉਂਕਿ ਟੈਨਸ਼ਨ ਵਗੈਰਾ ਬਣੀ ਰਹਿੰਦੀ ਹੈ, ਸਾਰਾ ਲੈਣ ਦੇਣ ਕਲੀਅਰ ਕਰਕੇ ਉਸ ਤੋਂ ਬਾਅਦ ਹੀ ਜਿਹੜਾ ਘਰ ਦੇ ਕੰਮ ਵਗੈਰਾ ਜਿਹੜਾ ਕਾਫੀ ਸਾਰੇ ਜਿਹੜਾ ਕਰਨ ਵਾਲੇ ਨੇ, ਇਹ ਇਨਸ਼ਾਅੱਲਾ ਜਿਹੜਾ ਮੈਂ ਕੰਪਲੀਟ ਜਿਹੜਾ ਕਰਾਂਗਾ। ਔਰ ਅੱਜ ਬਿਹਤਰ ਤਬੀਅਤ ਆ, ਦਰਦ ਵਗੈਰਾ ਬਿਲਕੁਲ ਕੋਈ ਨਹੀਂ ਆ, ਅਤੇ ਬੁਖਾਰ ਅੱਜ ਹੈ ਥੋੜ੍ਹਾ ਬਹੁਤਾ,
ਸਿਰ ਦਰਦ ਕਰ ਰਿਹਾ ਵੈਸੇ ਜਿਹੜਾ ਕੋਈ ਮਸਲਾ ਨਹੀਂ, ਮਤਲਬ ਕਿਡਨੀਆਂ ਵਗੈਰਾ ਦਾ ਜਿਹੜਾ ਗੁਰਦਿਆਂ ਦਾ ਕੋਈ ਮਸਲਾ ਕਿਸੇ ਕਿਸਮ ਦਾ ਜਿਹੜਾ ਫਿਲਹਾਲ ਕੋਈ ਨਹੀਂ ਆ। ਕੱਲ੍ਹ ਸੀ ਥੋੜ੍ਹੀ ਥੋੜ੍ਹੀ ਦਰਦ, ਲੇਕਿਨ ਅੱਜ ਫਿਲਹਾਲ ਮਾਸ਼ਾਅੱਲਾ ਜਿਹੜਾ ਉਹ ਵੀ ਕੋਈ ਨਹੀਂ, ਅੱਲਾਹ ਦਾ ਸ਼ੁਕਰ ਆ ਬਿਲਕੁਲ ਠੀਕ ਆ। ਬਸ ਬੁਖਾਰ ਆ ਥੋੜ੍ਹਾ ਬਹੁਤਾ, ਉਹ ਪਤਾ ਨਹੀਂ ਕਿਉਂ ਹੋ ਗਿਆ, ਸ਼ਾਇਦ ਹੋ ਗਿਆ ਹੋਣਾ ਕਿਸੇ ਵਜ੍ਹਾ ਦੀ, ਆ ਸਿਰ ਦਰਦ ਜਿਹੜਾ ਕਰ ਰਿਹਾ, ਸਿਰਫ ਇਹ ਹੀ ਮਸਲਾ ਆ, ਬਾਕੀ ਮੈਂ ਬਿਲਕੁਲ ਫਿੱਟ ਆ ਹੁਣ। ਹਾਂਜੀ, ਅਤੇ ਮੈਂ ਵੀ ਬਾਹਰ ਆ ਗਿਆ ਦੁਕਾਨ 'ਤੇ, ਇੱਥੇ ਜਿਹੜੀ ਨਾ ਕੁਰਸੀ ਜਿਹੜੀ ਨਾ ਬਾਹਰ ਕੱਢੀ ਆ, ਹਵਾ ਜਿਹੀ ਨਾ ਠੰਡੀ ਚੱਲ ਰਹੀ ਆ, ਸਕੂਨ ਆ ਰਿਹਾ। ਮੈਂ ਕਿੱਥੇ ਜਿਹੜੀ ਨਾ ਕੁਰਸੀ ਬਾਹਰ ਕੱਢ ਕੇ ਜਿਹਨੂੰ ਬਹਿੰਦੇ, ਔਰ ਬੇਗਮ ਜਿਹੜੀ ਨਾ ਹੁਣ ਅੱਗ ਜਿਹੜੀ ਨਾ ਬਾਲ ਰਹੀ ਸੀ ਨਾ, ਅਤੇ ਰੋਟੀ ਸਾਲਣ ਦੀ ਜਿਹੜੀ ਨਾ ਤਿਆਰੀ ਕਰਦੀ ਆ, ਸ਼ਾਮ ਹੋਣ ਵਾਲੀ ਆ, ਰੋਟੀ ਸਾਲਣ ਜਿਹੜੀ ਨਾ ਤਿਆਰ ਹੋ ਜਾਵੇ, ਕਿਉਂਕਿ ਮੇਰੇ ਵਾਸਤੇ ਸਾਲਣ ਫਿਰ ਜਿਹੜਾ ਅਲੱਹਦਾ ਬਣਾਉਣਾ ਹੁੰਦਾ, ਕਿਉਂਕਿ ਉਹਦੇ ਵਿੱਚ ਜਿਹੜਾ ਨਮਕ ਹੀ ਬਿਲਕੁਲ ਥੋੜ੍ਹਾ ਜਿਹਾ ਹੁੰਦਾ, ਅਤੇ ਮਰਚ ਜਿਹੜੀ ਨਾ ਸਮਝ ਲਓ ਬਿਲਕੁਲ ਕੋਈ ਨਹੀਂ, ਕਾਲੀ ਮਰਚ ਜਿਹੜੀ ਪਾਈ ਦੀ ਆ, ਲਸਣ ਪਾਈ ਦਾ, ਇਹ ਚੀਜ਼ਾਂ ਜਿਹੜੀ ਨਾ ਪਾਈ ਦੀਆਂ ਨੇ, ਅਤੇ ਸਬਜ਼ ਮਰਚ ਹੈ ਜੇ ਇੱਕ ਅੱਧੀ ਜਿਹੀ ਨਾ ਪਾ ਲੈਣੀ, ਤਾਂ ਫਿਲਹਾਲ ਉਹ ਵੀ ਕੋਈ ਨਹੀਂ ਪਾਉਂਦੇ, ਬਿਲਕੁਲ ਜਿਹੜਾ ਫਿੱਕਾ ਜਿਹਾ ਸਾਲਣ ਥੋੜ੍ਹਾ ਬਹੁਤਾ ਜਿਹੜਾ ਕਾਲੀ ਮਰਚ ਆ ਨਮਕੀਨ ਜਿਹਾ ਹੀ ਹੁੰਦਾ, ਕਿਉਂਕਿ ਜਿਹੜਾ ਉਹ ਬਣਦਾ ਸੂਪ ਟੈਪ ਜਿਹੜਾ ਸਾਲਣ ਜਿਹੜਾ ਬਣਾਉਂਦੇ ਨੇ ਇਸ ਕਰਕੇ। ਹੋਰ ਜੀ, ਬੁਖਾਰ ਵੀ ਜਿਹੜਾ ਪਹਿਲੇ ਨਾਲ ਜਿਹੜਾ ਜ਼ਿਆਦਾ ਜਿਹੜਾ ਤੇਜ਼ ਹੋ ਗਿਆ, ਦਵਾਈ ਲਈ ਹੈ ਲੇਕਿਨ ਹਾਲੇ ਤੱਕ ਜਿਹੜਾ ਸਕੂਨ ਕੋਈ ਨਹੀਂ ਆਇਆ। ਇੱਥੇ ਜਿਹੜਾ ਤਕਰੀਬਨ ਮੈਨੂੰ ਘੰਟਾ ਹੋ ਗਿਆ ਇੱਥੇ ਜਿਹੜਾ ਬੈਠਾ ਕੁਰਸੀ 'ਤੇ ਜਿਹੜਾ, ਔਰ ਬਲਬ ਜਿਹੜਾ ਬਾਲਣਾ, ਬਲਕਿ ਬਲਬ ਜਿਹੜਾ ਬਾਹਰਲਾ ਬਾਲ ਲੈਂਦੇ ਹਾਂ, ਕਿਉਂਕਿ ਹਨੇਰਾ ਹੋਇਆ ਕੁੱਤਾ ਥੋੜ੍ਹਾ ਥੋੜ੍ਹਾ, ਮੈਂ ਜਿਹੜਾ ਬਾਹਰਲਾ ਬਲਬ ਜਿਹੜਾ ਬਾਲ ਦਿੰਦੇ ਹਾਂ। ਹਾਂਜੀ, ਅਤੇ ਪਰੇਸ਼ਾਨੀ ਅਚਾਨਕ ਗਿਰੀ ਨੇ ਸਾਨੂੰ ਕਾਫੀ ਸਾਰੀ ਬਣ ਗਈ ਭਾਈਆ ਮੰਦਲੀ, ਬੁਖਾਰ ਹੋ ਗਿਆ ਯਕਦਮ ਤੇ ਬਹੁਤ ਜ਼ਿਆਦਾ ਹੋਇਆ, ਬੇਹੋਸ਼ ਹੋ ਗਿਆ ਸੀ, ਬੁਖਾਰ ਵਗੈਰਾ ਚੈੱਕ ਕਰਾਨੇ, ਦਵਾਈ ਜਿਹੜੀ ਮੈਨੂੰ ਜਿਹੜੀ ਲੈ ਕੇ ਦਿੰਦੇ, ਅਚਾਨਕ ਜਿਹੜੀ ਨਾ ਪਰੇਸ਼ਾਨੀ ਸਨ ਜਿਹੜੀ ਮਜ਼ੀਦ, ਤੇ ਤੁਸੀਂ ਸਾਰੇ ਭੈਣਾਂ ਭਾਈ ਦੁਆ ਕਰਨੀ ਆਏ ਜਿਹੜਾ ਨਾ, ਅਚਾਨਕ ਜਿਹੜੀ ਨਾ ਖਰਾਬ ਹੋ ਗਈ ਹੈ, ਤੇ ਅੱਲਾ ਪਾਕ ਜਿਹੜੇ ਨਾ ਜਲਦੀ ਨਾ ਸਿਹਤ ਯਾਬ ਕਰੇ, ਅੱਲਾ ਪਾਕ ਨੂੰ ਤੰਦਰੁਸਤੀ ਦੇਵੇ, ਸ਼ਾਇਦ ਅਸੀਂ ਜਿਹੜਾ ਨਾ ਅਪਲੋਡ ਜਿਹੜਾ ਵਲੋਗ ਨਾ ਕਰੀਏ, ਕਿਉਂਕਿ ਨਹੀਂ ਤਾਂ ਜਿਹੜੇ ਨਾ ਕਾਫੀ ਸਾਰੇ ਸੀਰੀਅਸ ਹੈ, ਡਾਕਟਰ ਭਈਆ ਬਣਾ ਲੈਣਾ ਫਿਰ ਜਿਹੜੇ ਨਾ ਸਾਰੇ ਨਾ ਸ਼ੇਅਰ ਕਰਾਂਗੇ। ਵੈਲਕਮ ਬੈਕ, ਹੋਰ ਸਾਰੇ ਭੈਣ ਭਾਈ ਜਿਹੜੇ ਨਾ ਢੇਰ ਸਾਰੀਆਂ ਦੁਆਵਾਂ ਕੀਤੀਆਂ, ਅੱਲਾ ਦਾ ਸ਼ੁਕਰ ਆ ਹੁਣ ਮੈਂ ਠੀਕ ਆ। ਰਾਤ ਤੋਂ ਡਾਇਰੈਕਟ ਜਿਹੜੇ ਨਾ ਹੁਣ ਤੁਹਾਡੇ ਨਾਲ ਮੁਲਾਕਾਤ ਹੋ ਰਹੀ ਆ, ਹੁਣ ਦਿਨ ਦਾ ਜਿਹੜੇ ਨਾ ਸ਼ਾਮ ਦੇ ਸਮੇਂ ਲੈ ਕੇ 4 ਦਾ ਟਾਈਮ ਹੋਣ ਵਾਲਾ, ਰਾਤ ਨੂੰ ਜਿਹੜੀ ਨਾ ਤਬੀਅਤ ਖਰਾਬ ਹੋਈ ਮੇਰੀ, ਡਾਕਟਰ ਨੂੰ ਫਿਰ ਇੱਥੇ ਜਿਹੜਾ ਉਹਨਾਂ ਨੇ ਬੁਲਾਇਆ, ਲੇਕਿਨ ਜਿਹੜੀ ਨਾ ਤਬੀਅਤ ਠੀਕ ਕੋਈ ਨਹੀਂ ਹੋਈ, ਫਿਰ ਜਿਹੜਾ ਨਾ ਸ਼ਾਮ ਨੂੰ ਹਸਪਤਾਲ ਜਿਹੜੇ ਲੈ ਕੇ ਗਏ, ਤਕਰੀਬਨ ਜਿਹੜਾ ਰਾਤ ਦੇ 9 ਵਜੇ ਤੋਂ ਲੈ ਕੇ ਗਏ ਸੀ, ਫਿਰ ਉਧਰੋਂ ਜਿਹੜੀ ਨਾ ਛੁੱਟੀ ਹੋਈ ਸਾਨੂੰ ਰਾਤ ਦੇ ਜਿਹੜੇ ਨਾ ਤਕਰੀਬਨ 12:30 ਜਿਹੜੀ ਨਾ ਛੁੱਟੀ ਹੋਈ, ਫਿਰ ਵਾਪਸ ਜਿਹੜੇ ਨਾ ਲੈ ਕੇ ਆਏ ਨੇ, ਸੁਬਹਾ ਦੀ ਤਬੀਅਤ ਜਿਹੜੀ ਨਾ ਕੋਈ ਠੀਕ ਨਹੀਂ ਆਈ, ਸਿਸਟਰ ਹੋਰੀ ਜਿਹੜੇ ਨਾ ਸੁਬਹਾ ਦੇ ਫਿਰ ਰਾਤ ਨੂੰ ਤਾਂ ਆ ਨਹੀਂ ਸਕਦੇ ਸੀ, ਨਾ ਹੀ ਰਾਤ ਨੂੰ ਮੈਂ ਕਿਹਾ ਸੀ ਇਹਨਾਂ ਨੂੰ ਕਾਲ ਨਾ ਕਰਿਆ, ਤੇ ਰਾਤ ਨੂੰ ਆਪਣਾ ਕੀ ਬੁਖਾਰ ਹੋ ਗਿਆ ਸੀ ਉਧਰੋਂ, ਫਿਰ ਨਾਲ ਇਹ ਤਕਲੀਫ ਸ਼ੁਰੂ ਹੋ ਗਈ, ਨਾਲ ਇਧਰੋਂ ਬੁਖਾਰ ਇੰਨਾ ਤੇਜ਼, ਡਾਕਟਰਾਂ ਨੇ ਫਿਰ ਇੰਜੈਕਸ਼ਨ ਵਗੈਰਾ ਵੀ ਨਹੀਂ ਲਾਇਆ, ਇੰਨਾ ਤੇਜ਼ ਬੁਖਾਰ ਆ, ਫਿਰ ਘਰੇ ਮੈਨੂੰ ਠੰਡੀਆਂ ਪੱਟੀਆਂ ਵਗੈਰਾ ਕਰਦੀ, ਲੇਕਿਨ ਮੈਨੂੰ ਥੋੜੀ ਬਹੁਤੀ ਸੋਹ ਰਹਿ ਗਈ ਸੀ, ਐ ਬੇਹੋਸ਼ੀ ਦੀ ਹਾਲਤ ਵਿੱਚ ਹੋ ਗਿਆ ਸੀ, ਇਹਨਾਂ ਪੱਟੀਆਂ ਕੀਤੀਆਂ, ਕੋਈ ਬੁਖਾਰ ਜਿਹੜਾ ਟੁੱਟਿਆ, ਤੇ ਫਿਰ ਜਿਹੜਾ ਲੈ ਕੇ ਹਸਪਤਾਲ ਜਿਸ ਟਾਈਮ ਉੱਥੇ ਲੈ ਕੇ, ਫਿਰ ਉਹਨਾਂ ਨੇ ਡ੍ਰਿਪ ਵਗੈਰਾ ਜਿਹੜੀ ਨਾ ਲਾਈ, ਤੇ ਕੁਝ ਜਿਹੜਾ ਤਕਰੀਬਨ 2 ਘੰਟੇ ਬਾਅਦ ਜਿਹੜੀ ਨਾ ਥੋੜ੍ਹੀ ਜਿਹੀ ਕੁਛ ਵੱਲ ਕੰਡੀਸ਼ਨ ਜਿਹੜੀ ਨਾ ਹੋਈ, ਨਾਲੇ ਮੈਂ ਸ਼ੁਕਰੀਆ ਅਦਾ ਜਿਹੜਾ ਕਰਨਾ ਚਾਹੁੰਦਾ, ਥੋੜ੍ਹਾ ਜਿਹਾ ਕੈਮਰਾ ਨੇੜੇ ਲੈ ਕੇ ਆਵਾਜ਼ ਕਲੀਅਰ ਜਿਹੜੀ ਨਾ ਸੁਣੀ ਵੇ, ਤੇ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਬਾਈ ਅਹਿਮਦ ਦਾ,
ਔਰ ਰਾਬੀਆ ਸਿਸਟਰ ਦਾ, ਕਿਉਂਕਿ ਉਹ ਵੀ ਜਿਹੜਾ ਇੰਨਾ ਸਫ਼ਰ ਕਰ, ਕਿਉਂਕਿ ਉਹਨਾਂ ਦੇ ਬਾਈ ਵਾਸਤੇ ਵੀ ਜਿਹੜਾ ਤੁਸੀਂ ਢੇਰ ਸਾਰੇ ਜਿਹੜਾ ਰਾਬੀਆ ਸਿਸਟਰ ਦੇ ਬਾਈ ਦੀ ਵੀ ਤਬੀਅਤ ਜਿਹੜਾ ਠੀਕ ਨਹੀਂ ਆ, ਉਹ ਵੀ ਹੋਸਪਿਟਲ ਹੈ ਜਿਹੜਾ ਦਾਖਿਲਾ, ਅੱਲਾ ਪਾਕ ਉਹਨਾਂ ਨੂੰ ਜਿਹੜਾ ਸਿਹਤ ਦੇਵੇ, ਤੰਦਰੁਸਤੀ ਦੇਵੇ, ਲੰਬੀ ਜ਼ਿੰਦਗੀ ਦੇਵੇ। ਫਿਰ ਉਹ ਇੱਥੋਂ ਜਿਹੜਾ ਇੱਥੇ ਜਿਹੜਾ ਮੈਨੂੰ ਮਿਲਣ ਵਾਸਤੇ ਜਿਹੜਾ ਆਏ, ਮੇਰੀ ਤਬੀਅਤ ਦਾ ਜਿਹੜਾ ਪੁੱਛਣ ਵਾਸਤੇ ਆਏ, ਬਹੁਤ ਬਹੁਤ ਸ਼ੁਕਰੀਆ। ਬਾਈ ਅਹਿਮਦ ਦਾ ਵੀ, ਰਾਬੀਆ ਸਿਸਟਰ ਦਾ ਵੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਮੇਰੇ ਦਿਲ ਨੂੰ ਬੜੀ ਖੁਸ਼ੀ ਹੋਈ ਆ ਕਿ ਵੱਡੇ ਬਾਈ ਤਰ੍ਹਾਂ ਕਿ ਮੇਰੀ ਤਬੀਅਤ ਦਾ ਜਿਹੜਾ ਪੁੱਛਣ ਵਾਸਤੇ ਜਿਹੜਾ ਉਹ ਆਏ ਨੇ। ਬਹੁਤ ਬਹੁਤ ਸ਼ੁਕਰੀਆ ਅਹਿਮਦ ਭਾਈ, ਤੁਸੀਂ ਜਿਹੜਾ ਮੇਰੀ ਤਬੀਅਤ ਦਾ ਜਿਹੜਾ ਪੁੱਛਣ ਆਏ। ਅਤੇ ਬਾਕੀ ਅੱਲਾ ਦਾ ਸ਼ੁਕਰ ਹੈ, ਹੁਣ ਜੇ ਠੀਕ ਹਾਂ, ਬਸ ਦੁਆ ਕਰੋ, ਕਿਉਂਕਿ ਮੈਂ ਜ਼ਿਆਦਾ ਇੱਕ ਤਾਂ ਪਰੇਸ਼ਾਨੀ ਜਿਹੜਾ ਇਸ ਵਜ੍ਹਾ ਤੋਂ ਜਿਹੜਾ ਲੱਗ ਗਿਆ, ਜਿਵੇਂ ਕਿ ਕੱਲ੍ਹ ਮੈਂ ਗਲਾਸ ਸੁਬਹਾ ਸ਼ੁਰੂ ਕੀਤਾ ਸੀ ਨਾ, ਇੱਕ ਮੈਨੂੰ ਟੈਨਸ਼ਨ ਸੀ ਜਿਹੜੇ ਪੈਸੇ ਵਗੈਰਾ ਲੋਕਾਂ ਨੂੰ ਦੇਣੇ ਹੁੰਦੀ, ਦੂਸਰੀ ਜਿਹੜਾ ਟੈਨਸ਼ਨ ਵਗੈਰਾ ਮੈਂ ਇਸ ਦਿਨ ਨੂੰ ਲੈ ਜਾਂਦਾ ਕਿ ਇਸ ਤਰ੍ਹਾਂ ਤਬੀਅਤ ਖਰਾਬ ਹੁੰਦੀ ਨਾ, ਵੀ ਘਰ ਦੇ ਵਿੱਚ ਸਿਰਫ਼ ਕਰਨ ਕਮਾਉਣ ਵਾਲਾ ਮੈਂ ਹਾਂ। ਮੈਂ ਸਮਝ ਲਓ ਕਿ ਸਾਰਿਆਂ ਨੂੰ ਵਕਤ ਤੇ ਪਾਈ ਮਨਾ, ਵੀ ਕੋਈ ਕੰਮ ਹੁੰਦਾ ਕਿ ਮੈਂ ਬਾਈ ਅਹਿਮਦ ਅਲੀ ਨੂੰ ਕਾਲ ਕਰਨਾ, ਕੋਈ ਚੀਜ਼ ਮੰਗਾਉਣੀ ਹੋਵੇ ਤਾਂ ਮੈਂ ਕਦੀ ਕਿਸੇ ਨੂੰ ਕਹਿੰਦਾ ਇੱਥੋਂ, ਕਦੀ ਕਿਸੇ ਨੂੰ ਕਹਿੰਦਾ, ਮੈਨੂੰ ਘਰ ਦੀ ਲੱਕੜਾਂ ਮੰਗਾਉਣੀਆਂ ਪਵੇ, ਮੈਨੂੰ ਕਿਸੇ ਬੰਦੇ ਨੂੰ ਕਹਿਣਾ ਪੈਂਦਾ ਕਿ ਮੈਨੂੰ ਜਾ ਕੇ ਲੱਕੜਾਂ ਲਿਆ ਦਿਓ, ਦਵਾਈ ਵਗੈਰਾ ਲਈ ਜਾਣ। ਬਾਈ ਅਹਿਮਦ ਅਲੀ ਦਾ ਘਰ ਦਾ ਕਾਰੋਬਾਰ ਮੇਰਾ ਨੀ ਚੱਲਣਾ, ਪੁੱਤਰ ਮਾਸ਼ਾਅੱਲਾ ਜਿਹੜਾ ਨਿੱਕਾ ਇਨਸ਼ਾਅੱਲਾ ਵੱਡਾ ਹੋ ਜਾਵੇਗਾ, ਫਿਰ ਮੈਨੂੰ ਟੈਨਸ਼ਨ ਕੋਈ ਨਹੀਂ। ਅਲੀਮਾ ਸਾਦੀਆ ਨੂੰ ਕੱਲ ਬੁਖਾਰ ਹੋਇਆ, ਬਾਈ ਅਹਿਮਦ ਅਲੀ ਨੂੰ ਕਿਹਾ ਦਵਾਈ ਲਿਆ ਕੇ ਦਿਓ, ਵੀ ਐਮਰਜੈਂਸੀ ਰਾਤ ਨੂੰ ਬੇਗਮ ਦੀ ਤਬੀਅਤ ਖਰਾਬ ਹੋ ਜਾਂਦੀ ਕਿਸੇ ਦੀ, ਹੋ ਜਾਂਦੀ ਲੱਗੇ ਮੁਥਾਜੀ ਇਹ ਕਿਸਮ ਦੀ, ਵੀ ਮੋਟਰਸਾਈਕਲ ਤੋਂ ਉਹਨਾਂ ਨੇ ਰੋਕ ਦਿੱਤਾ ਵੀ ਮੋਟਰਸਾਈਕਲ ਤੇ ਜਿਹੜਾ ਨਹੀਂ ਬਹਿਣਾ ਤੂੰ, ਗੱਡੀ ਤੇ ਵੀ ਜ਼ਿਆਦਾਤਰ ਉਹਨਾਂ ਕੇ ਸਫ਼ਰ ਨਹੀਂ ਕਰਨਾ, ਲੈ ਕੇ ਮੁਕੰਮਲ ਬੈਡ ਰੈਸਟ ਕਰਨੀ ਤੁਸੀਂ, ਬੈਡ ਦਿੱਤਾ ਤੁਸੀਂ ਮੁਕੰਮਲ ਜਿਹੜਾ ਰੈਸਟ ਕਰਨੀ। ਇਸ ਵਾਸਤੇ ਬਹੁਤ ਬਹੁਤ ਸ਼ੁਕਰੀਆ ਜਿਹਨਾਂ ਸਾਰੇ ਭੈਣ ਭਾਈਆਂ ਮੇਰੇ ਵਾਸਤੇ ਜਿਹੜੀਆਂ ਦੁਆਵਾਂ ਕੀਤੀਆਂ, ਹੋਰ ਸਾਰੇ ਭੈਣ ਭਾਈ ਢੇਰ ਸਾਰੇ ਜਿਹਨਾਂ ਦੁਆ ਕਰਿਆ, ਤਾਂ ਕਿ ਜਿਹੜਾ ਮੈਂ ਛੇਤੀ ਨਾਲ ਠੀਕ ਹੋਵਾਂ, ਮੈਂ ਡਬਲ ਮਿਹਨਤ ਕਰਾਂ ਆਪਣੇ ਚੈਨਲਾਂ 'ਤੇ, ਕੱਲ੍ਹ ਵਲਾਗ ਅਪਲੋਡ ਨਹੀਂ ਹੋ ਸਕਿਆ, ਅਤੇ ਮੈਂ ਢੇਰ ਸਾਰੇ ਮੈਨੂੰ ਵਿਊਜ਼, ਸਾਰੇ ਭੈਣ ਭਾਈ ਵੀਡੀਓ ਮੇਰੀ ਸ਼ੇਅਰ ਕੀਤੀ ਕਰੋ, ਤਾਂ ਕਿ ਮੈਨੂੰ ਜ਼ਿਆਦਾ ਵਿਊਜ਼ ਆਉਣ, ਤਾਂ ਕਿ ਮੇਰੀ ਜਿਹੜੀ ਇਨਕਮ ਜਿਹੜੀ ਵਧੇ, ਤਾਂ ਕਿ ਜਿਤਨਾ ਕਿ ਲੈਣ ਦੇਣ ਨੇ ਇਨਸ਼ਾਅੱਲਾ ਮੈਂ ਕਲੀਅਰ ਵੀ ਕਰ ਲਵਾਂ। ਮੈਂ ਜਦੋਂ ਠੀਕ ਹੋ ਗਿਆ ਨਾ ਇਨਸ਼ਾਅੱਲਾ, ਇਨਸ਼ਾਅੱਲਾ ਦੁਆ ਕਰੋ ਮੈਂ ਦੋ ਤਿੰਨਾਂ ਦਿਨਾਂ 'ਚ ਹੀ ਮੁਕੰਮਲ ਸੈੱਟ ਹੋ ਜਾਵਾਂ, ਅਤੇ ਮੈਂ ਜਿਹੜਾ ਡਬਲ ਮਿਹਨਤ ਕਰਾਂ, ਤਾਂ ਕਿ ਜਿਹੜਾ ਅੰਨੇ ਵਗੈਰਾ ਜਿਹੜਾ ਆਵੇ, ਅਤੇ ਮੈਂ ਜਿਹੜਾ ਕਰਜ਼ੇ ਵਗੈਰਾ ਆਪਣੇ ਲਾ ਕੇ ਬਿਲਕੁਲ ਜਿਹੜਾ ਪੁਰਸਕੂਨ ਹੋ ਜਾਵਾਂ। ਅਤੇ ਤੁਹਾਡੇ ਸਾਰੇ ਭੈਣ ਭਾਈਆਂ ਦੀ ਸਪੋਰਟ ਨਾਲ ਵੀਡੀਓ ਨੂੰ ਲਾਈਕ ਵੀ ਕਰਨਾ, ਕਮੈਂਟ ਵੀ ਲਾਜ਼ਮੀ ਕਰਨਾ, ਕਮੈਂਟ ਦੁਆ ਲਿਖਣੀ ਕਿ ਮੈਨੂੰ ਜਿਹੜਾ ਅੱਲਾ ਪਾਕ ਸ਼ਫਾ ਦੇਵੇ, ਛੇਤੀ ਛੇਤੀ ਜੇ ਠੀਕ ਹੋ ਜਾਵਾਂ, ਅੱਲਾ ਪਾਕ ਤੁਹਾਨੂੰ ਵੀ ਸਿਹਤ ਦੇਵੇ, ਅਤੇ ਤੁਸੀਂ ਵਲਾਗ ਮੇਰਾ ਜਿਹੜਾ ਲਾਜ਼ਮੀ ਸ਼ੇਅਰ ਵੀ ਕਰਨਾ, ਸਬਸਕ੍ਰਾਈਬ ਵੀ ਕਰਨਾ। ਤੁਹਾਡੇ ਇੱਕ ਸ਼ੇਅਰ ਕਰਨ ਨਾਲ ਜਾਣਾ ਕੁਛ ਵੀ ਨਹੀਂ ਆ, ਮੇਰਾ ਕੋਈ ਫਾਇਦਾ ਹੋ ਜਾਵੇਗਾ, ਮਤਲਬ ਕਿ ਜਿਤਨੇ ਜ਼ਿਆਦਾ ਮੈਨੂੰ ਵਿਊਜ਼ ਆਵਣਗੇ ਨਾ, ਉਨਾ ਜ਼ਿਆਦਾ ਜਿਹੜਾ ਫਾਇਦਾ ਹੋਵੇਗਾ, ਤਾਂ ਕਿ ਮੈਂ ਜਿਹੜਾ ਮਤਲਬ ਕਿ ਗਰਦ ਨਿਜ਼ਾਮ ਵੀ ਹੁਣ ਸਮਝ ਲਓ ਕਿ ਬਿੱਲ ਬਿਜਲੀ ਦਾ ਜਿਹੜਾ ਨਾ ਉਹ ਵੀ ਆਉਣ ਵਾਲਾ, ਲੋਧੀ ਦਾ ਪਿਛਲੇ ਮਹੀਨੇ ਵੀ ਪੈਸੇ, ਪਿਛਲੀ ਪਹਿਲੀ ਤਰੀਕ ਲਾ ਦੀ ਤਬੀਅਤ ਮੇਰੀ ਖਰਾਬ ਹੋਈ, ਤਿੰਨ ਚਾਰ ਤਰੀਕ ਲਾ ਦੀ, ਉਹ ਵੀ ਦੋਧੀ ਨੂੰ ਪੈਸੇ ਕੋਈ ਨਹੀਂ ਦਿੱਤੇ, ਇਸ ਮਹੀਨੇ ਦੇ ਵੀ ਦੇਣਾ। ਮੈਂ ਕਹਿੰਦਾ ਇਸ ਮਹੀਨੇ ਜ਼ਿਆਦਾ ਤੋਂ ਜ਼ਿਆਦਾ ਮੈਨੂੰ ਵਿਊਜ਼ ਆਉਣ, ਤਾਂ ਕਿ ਜਿਹੜਾ ਅਰਨਿੰਗ ਵਗੈਰਾ 'ਚ ਇਜ਼ਾਫਾ ਹੋਵੇ, ਅਤੇ ਮੈਂ ਆਪਣੇ ਸਾਰਾ ਲੈਣ ਦੇਣ ਕਲੀਅਰ ਜਿਹੜਾ ਕਰ ਲਵਾਂ। ਹਾਂਜੀ, ਅਤੇ ਮੈਂ ਵੀ ਜਿਹੜਾ ਇੱਧਰ ਬਾਹਰ ਨਿਕਲਿਆ, ਮੈਂ ਥੋੜ੍ਹੀ ਬਹੁਤੀ ਜਿਹੜਾ ਵਾਕ ਕਰ ਲਈਏ, ਬਾਕੀ ਬਾਈ ਅਹਿਮਦ ਅਲੀ ਹੋਰੀ ਵੀ ਆ ਗਏ ਨੇ, ਔਰ ਬੇਗਮ ਵੀ ਜਿਹੜਾ ਸਿਸਟਰ ਉਹਨਾਂ ਵਾਸਤੇ ਜਿਹੜਾ ਰੋਟੀ ਸਾਲਾਂ ਦਾ ਜਿਹੜਾ ਇੰਤਜ਼ਾਮ ਕਰ ਰਹੀ ਹੈ, ਚਿਕਨ ਜਿਹੜਾ ਇਹ ਮੰਗਾਇਆ ਸੀ, ਔਰ ਸਾਲਨ ਜਿਹੜਾ ਤਕਰੀਬਨ ਤਿਆਰ ਹੋਇਆ ਖੁੱਥਾ, ਅਤੇ ਨਾਲ ਜਿਹੜੀਆਂ ਰੋਟੀਆਂ ਜਿਹੜੀਆਂ ਇਹ ਬਣਾ ਲਵਣਗੇ,
ਹੋਰ ਫਿਲਹਾਲ ਜਿਹੜਾ ਡਾਕਟਰ ਨੇ ਜਿਹਨਾਂ ਕਿਹਾ ਕਿ ਰੋਟੀ ਜਿਹੀ ਨਾ ਹਾਲੇ ਤੱਕ 2-3 ਦਿਨ ਮਿਲ ਜਾਣ, ਉਹਨਾਂ ਨੇ ਕਿਹਾ ਰੋਟੀ ਨੇ ਉਹਨਾਂ ਕਿਹਾ ਦਲੀਆ ਵਗੈਰਾ ਜਿਹਨਾਂ ਖਾਣਾ ਪਹਿਲੇ ਵੀ ਇੰਨੀ ਜ਼ਿਆਦਾ ਜਿਹਨਾਂ ਰੋਟੀ ਫਿਲਹਾਲ ਜੇ ਮੈਂ ਕੋਈ ਨਹੀਂ ਖਾਂਦਾ 2-4 ਗ੍ਰਾਮ ਜਿਹਨਾਂ ਖਾ ਲੈਂਦਾ ਸੀ, ਲੇਕਿਨ ਸ਼ਾਮ ਦੀ ਜਿਹਨਾਂ ਉਹਨਾਂ ਨੇ ਕਿਹਾ ਵੀ 2-3 ਦਿਨ ਜਿਹਨਾਂ ਰੋਟੀ ਨਹੀਂ ਖਾਣੀ ਆ ਅਤੇ ਦਲੀਆ ਜਿਹੜਾ ਡੱਬਾ ਪਿਆ ਹੋਇਆ ਉਵੇਂ ਪਹਿਲੇ ਦਿਨ ਜਿਹਨੇ ਲਿਆ ਸੀ ਕਿਲੋ ਵਾਲਾ ਕਿ 800 ਗ੍ਰਾਮ ਦਾ ਡੱਬਾ ਆਇਆ ਨਹੀਂ ਨਾ ਅਤੇ ਉਹ ਵਾਲੇ ਹਾਂ ਚਲ ਬੋਟੀ 1-2 ਖਾ ਲਵਾਂਗਾ, ਲੇਕਿਨ ਇਹਦੇ ਤੁਸੀਂ ਜਿਹੜੇ ਟਮਾਟਰ ਪਾਏ ਨੇ ਤੇ ਟਮਾਟਰ ਕੋਈ ਨਹੀਂ ਪਾਏ ਨੇ ਮੈਂ ਨਿਕਲਿਆ ਉਹ ਬੈਡ ਤੇ ਲੰਮਾ ਪੈ ਕੇ ਨਾ ਤੇ ਕਾਫੀ ਸਾਰਾ ਜਿਹੜਾ ਉਹ ਮੈਂ ਜਗ੍ਹਾ ਖਤ ਸੀ ਇਸ ਕਰਕੇ ਮੈਂ ਥੋੜਾ ਜਿਹਾ ਜਿਹੜਾ ਚੱਲ ਫਿਰ ਲਵਾਂ ਲੇਕਿਨ ਜਿਹੜਾ ਵੀਕਨੈਸ ਵਗੈਰਾ ਜਿਹੜਾ ਬਹੁਤ ਹੀ ਜ਼ਿਆਦਾ ਜਿਹੜਾ ਹੋ ਗਈ ਆ ਇਸ ਵਜ੍ਹਾ ਕੱਲ੍ਹ ਤਾਂ ਮਾਸ਼ਾਅੱਲਾ ਜਿਹੜਾ ਤੁਸੀਂ ਵਲੌਗ ਜਿਹੜਾ ਦੇਖਣਾ ਹੀ ਆ ਨਾ ਕਿ ਅਲਹਮਦੁਲਿਲਾ ਮੈਂ ਇੰਝ ਸੀ ਕਿ ਮੈਨੂੰ ਕੁਝ ਹੈਗਾ ਸੀ ਕੋਈ ਨਹੀਂ, ਕੱਲ੍ਹ ਮੈਂ ਕਿਵੇਂ ਸੀ ਨਵਾਂ ਸੂਟ ਮੈਂ ਪਾਇਆ ਹੋਇਆ ਸੀ ਅਤੇ ਬਿਲਕੁਲ ਜਿਹੜਾ ਆਪਣੇ ਆਪ ਨੂੰ ਜਿਹੜਾ ਫਿੱਟ ਫਾਇਦਾ ਮਹਿਸੂਸ ਕਰ ਰਿਹਾ ਸੀ ਕਿ ਮੈਨੂੰ ਕਿਸੇ ਕਿਸਮ ਦੀ ਕੋਈ ਬਿਮਾਰੀ ਨਹੀਂ ਆ, ਕੋਈ ਗੱਲ ਨਹੀਂ ਆ, ਕੋਈ ਬਾਤ ਨਹੀਂ ਆ, ਐਨ ਬਿਲਕੁਲ ਜਿਹੜਾ ਤੰਦਰੁਸਤ ਸਿਹਤਯਾਬ ਮੈਂ ਦੌੜ ਰਿਹਾ ਸੀ ਗੋੜਿਆਂ ਵਾਂਗ, ਲੇਕਿਨ ਜਿਹੜਾ ਸ਼ਾਮ ਟਾਈਮ ਜਿਹੜਾ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਗਈ ਔਰ ਸ਼ਾਮ ਨੂੰ ਸਮਝ ਲਓ ਕਿ ਜਿਸ ਦਿਨ ਦੀ ਤਬੀਅਤ ਖਰਾਬ ਹੋਈ ਨਾ ਸ਼ਾਮ ਨੂੰ ਕੁਝ ਜ਼ਿਆਦਾ ਹੀ ਜਿਹੜਾ ਹਾਈ ਲੈਵਲ ਦੀ ਖਰਾਬ ਹੋ ਗਈ ਸੀ ਤਬੀਅਤ, ਲੇਕਿਨ ਹੁਣ ਇਹ ਕਿ ਉਸ ਰਾਤ ਬਿਮਾਰ ਹੋਣ ਦਾ ਕਮਜ਼ੋਰੀ ਵਗੈਰਾ ਜਿਹੜਾ ਬਹੁਤ ਜ਼ਿਆਦਾ ਮਹਿਸੂਸ, ਚੱਲਣ ਫਿਰਨ ਥਕਾਵਟ ਵਗੈਰਾ ਇੰਝ ਮਹਿਸੂਸ ਹੋ ਰਹੀ ਆ ਨਾ ਕਿ ਚੱਲਿਆ ਫਿਰਨ ਜਾਂਦਾ ਕਾਫੀ ਸਾਰੇ ਜਿਹੜਾ ਮਤਲਬ ਕਿ ਜਿਹੜਾ ਇੱਕ ਤਾਂ ਪੂਰੇ ਜਿਸਮ ਜਿਹੜਾ ਦਰਦਾਂ ਹੋ ਰਹੀਆਂ ਨੇ, ਸਿਰ ਦਰਦ ਕਰ ਰਿਹਾ ਫਿਲਹਾਲ ਇਸ ਟਾਈਮ ਜਿਹੜਾ ਹੁਣ ਗੁਰਦਿਆਂ ਦੀ ਦਰਦ ਵਗੈਰਾ ਤਾਂ ਜਿਹੜਾ ਕੋਈ ਨਹੀਂ ਆ ਅਤੇ ਵੈਸੇ ਜਿਹੜਾ ਪੂਰੇ ਜਿਸਮ ਜਿਹੜਾ ਤਰੁੱਟ ਵੱਜ ਤੇ ਕਿਵੇਂ ਬੇਆਸਗੀ ਜੀ ਅਤੇ ਅਜੀਬ ਜਿਹਾ ਕਿਵੇਂ ਤੁਹਾਨੂੰ ਸਮਝਾ ਸਕਾਂ ਇਸ ਤਰੀਕੇ ਜਿਹੜਾ ਹੋ ਰਿਹਾ, ਇਸ ਕਰਕੇ ਜਿਹੜਾ ਮੈਂ ਚੱਲ ਫਿਰ ਰਿਹਾ ਵੀ ਥੋੜ੍ਹੀ ਜਿਹੀ ਤਬੀਅਤ ਜਿਹੜਾ ਖੁੱਲ੍ਹ ਜਾਵੇ ਅਤੇ, ਲੇਕਿਨ ਡਾਕਟਰ ਨੇ ਕਿਹਾ ਤੁਸੀਂ ਮੁਕੰਮਲ 1 ਹਫ਼ਤਾ ਤੋਂ ਜਿਹੜਾ ਬੈੱਡ ਰੈਸਟ ਜਿਹੜਾ ਕਰਨੀ ਆ, ਬਿਲਕੁਲ ਹੀ ਜਿਹੜਾ ਜ਼ਿਆਦਾ ਚੱਲਣਾ ਫਿਰਨਾ ਵੀ ਨਹੀਂ, ਜ਼ਿਆਦਾ ਬੋਲਣਾ ਨਹੀਂ, ਕੱਲ੍ਹ ਹੀ ਵਲੌਗ ਜਿਹੜਾ ਅਪਲੋਡ ਕੋਈ ਨਹੀਂ ਕੀਤਾ ਫਿਰ ਜਿਹੜਾ ਜ਼ਰੀਆ ਜਿਹੜਾ ਹੀ ਬਣਿਆ ਹੋਇਆ, ਇਸ ਕਰਕੇ ਮੈਂ ਆਖਿਆ ਔਖਾ ਸੌਖਾ ਜਿੰਨਾ ਕੀ ਹੋ ਸਕਦਾ ਨਾ ਅੱਜ ਵਲੌਗ ਜਿਹੜਾ ਮੈਂ ਜ਼ਰੂਰ ਬਣਾਵਾਂਗਾ। ਔਰ ਦਨੀਆ ਜਿਹੜਾ ਬੇਗਮ ਨੇ ਜਿਹੜਾ ਕੁਤਰ ਲਿਆ, ਬਸ ਦੁਆ ਕਰੋ ਮੈਂ ਛੇਤੀ ਨਾਲ ਠੀਕ ਹੋ ਜਾਵਾਂ, ਫਿਰ ਅਸੀਂ ਮੀਆਂ ਬੀਬੀ ਪਹਿਲੇ ਵਾਂਗ ਜਿਹੜਾ ਵਲੌਗ ਬਣਾਈਏ ਦਿਨੇ। ਹੁਣ ਵਲੌਗ ਜਿਹੜਾ ਬੇਗਮ ਨੇ ਜਿਹੜਾ ਬਣਾਇਆ, ਬੇਗਮ ਨੇ ਹੀ ਅਪਲੋਡ ਕੀਤਾ, ਬੇਗਮ ਨੂੰ ਵੱਲ ਜਿਹੜਾ ਸਿਖਾਇਆ ਥੋੜ੍ਹਾ ਬਹੁਤਾ ਐਡੀਟਿੰਗ ਕਰਨ ਦਾ ਵੀ, ਥੰਬਨੇਲ ਦਾ ਵੀ, ਤੇ ਥੋੜ੍ਹਾ ਬਹੁਤਾ ਜਿਹੜਾ ਇਹਨੇ ਜਿਹੜਾ ਬਣਾ ਕੇ ਜਿਹੜਾ ਕਿੰਨੇ ਦਾ ਕਿ 3-4 ਮਿੰਟ ਦੇ ਮੈਂ ਅਪਲੋਡ ਕੀਤਾ ਹੀ ਆ। ਹਾਂ ਪਰੇਸ਼ਾਨ ਨਾ ਹੋ, ਇਨਸ਼ਾਅੱਲਾ ਪਾਕ ਇਹਨਾਂ ਦੀ ਯਾਤੀ ਕਰੇ ਤੇ ਅੱਲਾ ਪਾਕ ਇਹਨਾਂ ਨੂੰ ਖੁਸ਼ੀਆਂ ਦੇਵੇ ਤੇ ਮੇਰੀਆਂ ਸੋਹਣੀਆਂ ਸੋਹਣੀਆਂ ਬੇਟੀਆਂ ਆ ਗਈਆਂ ਤੇ ਇਹਨੂੰ ਕੀ ਹੋ ਗਿਆ ਹੁਣ ਸੁੱਤੀ ਉੱਠੀ ਜੀ ਮੈਂ ਇਹਨੂੰ ਦੇ ਪਹਿਲੇ ਦੁੱਧ ਪਾ ਕੇ ਦਿਓ ਜਾਂ ਕੋਈ ਚੀਜ਼ ਹੋਰ ਖਾਣ ਦੀ ਲੈਂਦੀ ਧੋ ਦੇਣ ਦਿਓ। ਔਰ ਜੀ ਮਾਸ਼ਾਅੱਲਾ ਜਿਹੜਾ ਚਿਕਨ ਜਿਹੜਾ ਉਹ ਕੀ ਹੋ ਗਿਆ ਜਲ ਗਿਆ, ਚਿਕਨ ਜਿਹੜਾ ਮਾਸ਼ਾਅੱਲਾ ਜਿਹੜਾ ਸਾਡਾ ਤਿਆਰ ਹੋਇਆ ਖੜਾ ਤੇ ਪਹਿਲਾਂ ਤਬੀਅਤ ਮੇਰੀ ਠੀਕ ਹੁੰਦੀ ਤੇ ਮੈਂ ਤੰਦੂਰ ਰੋਟੀਆਂ ਲੈ ਆਣੀਆਂ ਸੀ ਫਟਾਫਟ ਹੋਟਲ ਤੋਂ ਤੇ, ਲੇਕਿਨ ਜਿਹੜਾ ਤਵੇ ਤੇ ਹੀ ਬਣਾ ਲੈ ਨਾਲ ਇੱਧਰ ਰੇਤ ਵਗੈਰਾ ਲਾਉਂਦੀ ਹੈ ਤੰਦੂਰੇ ਦੀ ਕਿਉਂਕਿ ਤੰਦੂਰ ਇੱਕ ਸਾਈਡ ਤੇ ਮੁੜ ਬਣਾਈ ਉਹਲੀ ਦੀ ਕਿਉਂਕਿ ਤੰਦੂਰ ਜਿਹੜਾ ਸਾਡਾ ਸਾਰਾ ਜਿਹੜਾ ਮੁਕੰਮਲ ਜਿਹੜਾ ਟੁੱਟ ਗਿਆ ਇਦਲੀ ਸਾਈਡ ਜਿਹੜਾ ਕਿਉਂਕਿ ਉੱਥੋਂ ਜਿਹੜਾ ਸਾਰੀ ਜਿਹੜਾ ਰੇਤ ਬਹਿ ਰਹੀ ਹੈ, ਇਦਲੀ ਸਾਈਡ ਥੋੜ੍ਹੀ ਜਿਹੀ ਜਿਹੜਾ ਠੀਕ ਆ, ਇਦਲੀ ਓਹਲੀ ਸਾਈਡ ਨਾਲ ਰੋਟੀਆਂ ਲਾਵੀ ਜ਼ਿਆਦੀਆਂ, ਪਰਲੀ ਸਾਈਡ ਵਾਲ ਜਿਹੜਾ ਰੋਟੀ ਵਗੈਰਾ ਜਿਹੜਾ ਨਾ ਲਾਇਆ ਵੀ ਤੇ ਮੈਂ ਇੱਧਰ ਦੇਖਣਾ ਨਾ ਗਾਰਡਨ ਵੱਲ ਕਿਉਂਕਿ ਮੈਨੂੰ ਜਿਹੜਾ ਸਾਰੇ ਭੈਣ ਭਾਈਆਂ ਨੂੰ ਜਿਹੜਾ ਪਤਾ ਵੀ ਹੈ ਕਿ ਮੈਨੂੰ ਜਿਹੜਾ ਗਾਰਡਨ ਨਾਲ ਕਾਫੀ ਸਾਰਾ ਜਿਹੜਾ ਲਗਾਓ ਸੀ ਪੌਦਿਆਂ ਨਾਲ ਜਿਹੜਾ ਫੁੱਲਾਂ ਦੇ ਬੂਟਿਆਂ ਨਾਲ,
ਕਾਫੀ ਸਾਰਾ ਦਿਨ ਲਗਾ ਹੋਇਆ ਸੀ, ਲੇਕਿਨ ਸਾਰੀ ਜਗ੍ਹਾ ਜਿਹਨਾਂ ਸੁੰਜੀ ਜੀ ਜੇ ਨਹੋਈ ਖੁਰਤੀ ਆ। ਤੇ ਕੋਈ ਨੀ, ਇਨਸ਼ਾਲਾ ਠੀਕ ਹੋ ਜਾਂਦਾ ਤਾਂ ਗਾਰਡਨ ਦੇ ਫੁੱਲ ਵਗੈਰਾ ਤੱਲਾ ਵਗੈਰਾ ਜਿਹਨ ਲਾਵਾਂਗੇ ਨਾ। ਇਹਨੂੰ ਪਹਿਲੇ ਆਹ ਵੇਖ ਪੁੱਤਰ ਤੇਰੇ ਵਾਸਤੇ ਲੈਣ ਜਾ ਰਹੀ, ਇਹਨੂੰ ਦੋ ਕੇ ਦੇ ਫੀਡਰ ਆਪਣਾ ਦੋ ਸਾਰਿਆਂ ਤੋਂ ਪਹਿਲੇ ਜਿਹਨੇ ਪਾ ਕੇ, ਕਿਉਂਕਿ ਲੀਮਾ ਸਾਦੀ ਜਿਹਨੇ ਪਹਿਲੇ ਸੌਂ ਗਈ ਸੀ ਅਤੇ ਹੁਣ ਜਿਹਨੇ ਸੌਂ ਕੁ ਠੀਕ ਨੇ, ਇਸ ਵਜ੍ਹਾ ਤੋਂ ਜਿਹਨੇ ਤਿਆਰ ਕਰ ਰਹੀ ਥੋੜ੍ਹੇ। ਚਲੋ ਮੈਂ ਵੀ ਜਿਹਨੇ ਚੱਲਣਾ ਅੰਦਰ ਚੱਲ ਕੇ ਜਿਹਨੇ ਨਾ ਬਹਿੰਦੇ ਹਾਂ। ਇੰਨੀ ਸਾਹ ਹੋ ਗਈ ਤਕਰੀਬਨ 10-15 ਮਿੰਟ ਜਿਹਨੇ ਮੈਂ ਵਾਕ ਕਰ ਲਈ ਆ ਅਤੇ ਹੁਣ ਜਿਹਨੇ ਅੰਦਰ ਬਹਿਣਾ, ਕਿਉਂਕਿ ਬਾਬੀ ਵੀ ਸਿਸਟਰ ਵੀ ਅਸਨ ਵੀ ਜਿਹਨੇ ਨਾ ਅੰਦਰ ਹੀ ਜਿਹਨੇ ਬੈਠੇ ਨੇ। ਹੁਣ ਕੋਈ ਠੀਕ ਆ, ਮੈਂ ਬੈਡ 'ਤੇ ਜਿਹਨੇ ਲੇਟਿਆ ਲੇਟਿਆ ਬੜਾ ਅਜੀਬ ਜਿਹਾ ਹੋਇਆ ਖੋਤਾ ਸੀ, ਇਸ ਕਰਕੇ ਮੈਂ ਕਿ ਜਿਹੜਾ ਥੋੜਾ ਬਹੁਤਾ ਜਿਹੜਾ ਨਾ ਚੱਲ ਫੇਰ ਲਵਾਂ। ਦਾਨੂ ਮੈਂ ਕੱਲ ਦੀ ਵੀਡੀਓ ਤੁਸੀਂ ਦੇਖੀ ਨਾ, ਜਿਸ ਟਾਈਮ ਜਿਹੜਾ ਮੈਂ ਠੀਕ ਸੀ ਫਸਟ ਟਾਈਮ, ਮੈਂ ਨਾ ਧੋ ਕੇ ਨਵੇਂ ਕੱਪੜੇ ਪਾ ਕੇ ਦੁਕਾਨ ਖੋਲੀ। ਹਾਂ ਸ਼ਾਮ ਟਾਈਮ ਤਬੀਅਤ ਮੇਰੀ ਬਹੁਤ ਖਰਾਬ ਹੋਈ ਸੀ। ਅੱਛਾ ਤੁਸੀਂ ਨਾ ਪਹਿਲੇ ਹੀ ਡਾਕਟਰ ਜਿਹਨੇ ਇੱਥੇ ਨਾ ਸਦਵਾਣਾ, ਪਹਿਲੇ ਹੀ ਹਸਪਤਾਲ ਲੈ ਕੇ ਚਲਿਆ ਜਾਣਾ ਸੀ, ਲੇਕਿਨ ਚਲੋ ਇਹ ਵੀ ਅੱਲਾ ਦਾ ਸ਼ੁਕਰ ਹੈ ਕਿ ਰਾਤੋ ਰਾਤ ਜਿਹਨਾਂ ਛੁੱਟੀ ਸਾਨੂੰ ਜਿਹਨਾਂ ਹਸਪਤਾਲ ਚ ਜਿਹਨਾਂ ਮਿਲ ਗਈ ਸੀ, ਨਹੀਂ ਤਾਂ ਰਾਤ ਉੱਥੇ ਰਹਿਣੀ ਸੀ। ਅੱਜ ਅਸੀਂ ਵਾਪਸ ਜਿਹਨਾਂ ਆਉਣਾ ਸੀ, ਫਿਰ ਰਾਤ ਨੂੰ ਜਿਹਨਾਂ ਉੱਥੋਂ ਜਿਹਨਾਂ ਸੀ ਵਾਪਸ, ਫਿਰ ਇੱਕ ਤਾਂ ਜਿਹਨਾਂ ਖਰਚੇ ਵਗੈਰਾ ਤੁਹਾਨੂੰ ਕੀ ਦੱਸੀਏ, ਅੱਲਾ ਮਾਫ ਕਰੇ, ਅੱਲਾ ਕਿਸੇ ਨੂੰ ਕੋਈ ਬਿਮਾਰੀ ਨਾ ਲੈਵੇ, ਸਿਹਤ ਦੇਵੇ, ਤੰਦਰੁਸਤੀ ਦੇਵੇ ਤੇ ਲੰਮੀਆਂ ਜ਼ਿੰਦਗੀਆਂ ਦੇਵੇ, ਇਹਨਾਂ ਹਸਪਤਾਲਾਂ ਦੇ ਚੱਕਰਾਂ ਤੋਂ ਅੱਲਾ ਹੀ ਬਚਾਵੇ। ਹਾਂਜੀ ਤੇ ਮੰਜੇ ਜਿਹਨਾਂ ਬਹਿਰ ਜਿਹਨਾਂ ਕੱਢ ਲੈ ਨੇ, ਮਹਿਮਾਨ ਜਿਹਨਾਂ ਹੋਰ ਵੀ ਆ ਗਏ ਨੇ, ਔਰ ਬੇਗਮ ਵੀ ਜਿਹਨਾਂ ਰੋਟੀਆਂ ਜਿਹਨਾਂ ਲਾ ਰਹੀ ਆ, ਉਹ ਫਿਰ ਪਰਲੀ ਸਾਈਡ ਤੇ ਰੋਟੀਆਂ ਲਾ ਦਿੱਤੀਆਂ, ਯਾਦ ਹੀ ਨਹੀਂ ਰਿਹਾ ਜੀ। ਜੀ ਪੁੱਤਰ ਜੀ ਮੱਕਣਾ ਤੀ ਚਲਾ ਚਲ ਖੇਲੋ। ਨਹੀਂ ਹੁਣ ਤਾਂ ਠੀਕ ਆ, ਹੁਣ ਖੁਸ਼ ਹੈ? ਹੈਂ ਕਿੰਨਾ ਜ਼ਿਆਦਾ ਖੁਸ਼ ਹੈ? ਬੇਗਮ ਕਹਿ ਰਹੀ ਕਿ ਤੁਹਾਡੀ ਤਬੀਅਤ ਹੁਣ ਠੀਕ ਆ ਤੇ ਮੈਂ ਬਹੁਤ ਜ਼ਿਆਦਾ ਜਿਹੜੇ ਨਾਲ ਖੁਸ਼ ਆ। ਨਹੀਂ ਕੋਈ ਨੀ, ਬਸ ਦੁਆ ਕਰੋ ਠੀਕ ਆ ਹੁਣ। ਮੈਂ ਤੁਹਾਨੂੰ ਪਰੇਸ਼ਾਨ ਵੇਖ ਹੀ ਨਹੀਂ ਸਕਦਾ, ਬਸ ਫਿਰ ਹੋਊਗੀ ਤਬੀਅਤ ਅਚਾਨਕ ਖਰਾਬ ਹੋ ਗਈ। ਕੋਈ ਨੀ, ਇਨਸ਼ਾਅੱਲਾ ਅੱਲਾ ਪਾਕ ਸਿਹਤ ਦੇਵੇਗਾ, ਕਿੰਨੇ ਸਾਰੇ ਭੈਣ ਭਾਈ ਦੁਆਵਾਂ ਕਰ ਰਹੇ ਨੇ, ਇਨਸ਼ਾਅੱਲਾ ਜਲਦੀ ਠੀਕ ਹੋ ਜਾਵੇਗੀ ਤਬੀਅਤ। ਹਾਂਜੀ ਤੇ ਸਿਸਟਰ ਨਾਲ ਰੋਟੀ ਜਿਹੜੀ ਨਾ ਪਾ ਕੇ ਦੇ ਦਿੱਤੀ ਤੇ ਸਿਸਟਰ ਰੋਟੀ ਖਾ ਰਹੀ, ਜਾ ਫਾਤਮਾ ਜਿਹੜੀ ਆ ਨਾ ਉਹ ਵੀ ਖਾ ਰਹੀ ਰੋਟੀ, ਤੇ ਹਸਨ ਹਸਨ ਤੂੰ ਵੀ ਖਾ ਲਾਂਗਾ, ਹਸਨ ਨੂੰ ਵੀ ਰੋਟੀ ਖਾ ਲੈਂਦੇ। ਲੈ ਹੁਣ ਹਸਨ ਵੀ ਆ ਜਾਂਦਾ, ਹਾਂ ਇਕੱਠੇ, ਤੇ ਹੁਣ ਹਸਨ ਵੀ ਜਿਹੜਾ ਨਾ ਆ ਜਾਂਦਾ ਨਾ, ਤੁਹਾਨੂੰ ਵੀ ਜਿਹੜੀ ਰੋਟੀ ਦੇ ਦੇਣੀ, ਬਾਜੀ ਸਮੈਰਾ ਨੂੰ ਵੀ ਦੇ ਦੇਣੀ, ਰੋਟੀ ਵੀ ਖਾ ਲਈ ਚੜਾਵਣ ਗਿਆ ਮੈਂ ਕਿ ਮੇਰੇ ਤੋਦੇ ਹੁਣ ਨਹੀਂ ਜਿਵੇਂ ਦਾ ਇੱਥੇ ਮੇਲ ਬੁਲਾ ਲਓ, ਉਹਨੇ ਆਖਿਆ ਮੈਂ ਨੀ ਜਿਹੜਾ ਮੇਲ ਕੇ ਉਸ ਬਾਅਦ ਜਾਣਾ, ਮੈਂ ਚਲੋ ਉਨੀ ਦੇਰ ਰੋਟੀ ਖਾ ਲੈਂਦੇ ਹਾਂ, ਬਾਈ ਆ ਜਾਂਦਾ ਫਿਰ ਜਿਹੜਾ ਘਰ ਜਾਣ ਤਿਆਰੀ ਕਰਨੇ। ਹਾਂਜੀ ਤੇ ਮੈਂ ਵੀ ਦੁਕਾਨ ਤੇ ਆ ਗਿਆ ਔਰ ਮਹਿਮਾਨ ਵੀ ਚਲੇ ਗਏ ਨੇ, ਔਰ ਜੀ ਅੱਜ ਦਾ ਆਲਾ ਵਿਲਾਗ ਵੀ ਕਰ ਰਹੇ ਇੱਥੇ ਖਤਮ। ਇਨਸ਼ਾਅੱਲਾ ਮਿਲਨੇ ਆ ਸਨੈਕਸ ਅੱਛੇ ਅੱਛੇ ਵਿਲਾਗ ਦੇ ਵਿੱਚ, ਔਰ ਅਗਰ ਕੋਈ ਮੇਰਾ ਭੈਣ ਭਾਈ ਰਾਬਤਾ ਕਰਨਾ ਚਾਹਵੇ ਤਾਂ ਮੇਰਾ ਇੰਸਟਾਗ੍ਰਾਮ ਬਣਿਆ ਹੋਇਆ ਇਜਾਜ਼ ਵਿਲੇਜ ਵਿਲੋਗ ਦੇ ਨਾਮ 'ਤੇ, ਤੁਸੀਂ ਉੱਥੇ ਆ ਕੇ ਰਾਬਤਾ ਕਰ ਸਕਦੇ ਹੋ।
ਔਰ ਜੀ ਇਨਸ਼ਾਅੱਲਾ ਆਪਣਾ ਢੇਰ ਸਾਰਾ ਖਿਆਲ ਰੱਖਿਆ ਜੀ ਔਰ ਮੇਰੇ ਵਾਸਤੇ ਢੇਰ ਸਾਰੀ ਸਾਰੇ ਬੈਂਡ ਵੀ ਦੁਆ ਕਰਿਆ ਕਿ ਅੱਲਾ ਪਾਕ ਜਲਦ ਤੋਂ ਜਲਦ ਇਹਨਾਂ ਤਬੀਅਤ ਠੀਕ ਕਰੇ ਤਾਂ ਕਿ ਮੈਂ ਜਿਹੜਾ ਟੀਮ ਵਿੱਚ ਪਹਿਲੇ ਕਾਰੋਬਾਰ ਕਰ ਸਕਾਂ ਇਨਸ਼ਾਅੱਲਾ ਇਹਨਾਂ ਦੁਆਵਾਂ ਨੂੰ ਦੇ ਇਜਾਜ਼ਤ ਅੱਲਾ ਹਾਫਿਜ਼।